एक तो अजकल होर रवाज चल पिया आज जो ये पंजाब के मसीहे जड़े कहाउंदे ने ਇਹ ਜਦੋਂ ਆਉਂਦੇ ਨੇ ਵੱਡੇ ਲੀਡਰ ਤਾਂ ਪੁਲਿਸ ਵਾਲੇ ਡੇਢ ਡੇਢ ਦੋ ਦੋ ਸੌ ਫੁੱਟ 'ਤੇ ਚਾਰ ਚਾਰ ਪਾਈਪਾਂ ਦੀ ਇੱਕ ਡੀ ਜੀ ਬਣਾ ਦਿੰਦੇ ਨੇ। ਉਹ ਮੇਰਾ ਇੱਕ ਡੀ ਐੱਸ ਪੀ ਦੋਸਤ ਪੰਜਾਬ ਪੁਲਿਸ 'ਚ, ਮੈਂ ਕਿਹਾ ਡੀ ਐੱਸ ਪੀ ਸਾਹਿਬ ਇਹ ਪਬਲਿਕ ਜਿਹੜੀ ਹੈ ਇਹ ਲੀਡਰਾਂ ਦੇ ਵਿਚਾਰ ਸੁਣਨਾ ਹੀ ਹੈ, ਲੀਡਰ ਜਿਹੜੇ ਨੇ ਉਹ ਪਬਲਿਕ ਨਾਲ ਵਿਚਾਰ ਸਾਂਝੇ ਕਰਨਾ ਹੀ ਨੇ। ਇਹ ਤੁਸੀਂ ਵਿਚਾਲੇ ਇੱਕ ਡੇਢ ਸੌ ਫੁੱਟ ਦਾ ਗੈਪ ਜਾ ਪਾ ਦਿੰਦੇ ਹੋ ਵੀ ਨੇੜੇ ਤਾਂ ਲੱਗ ਲੈਣ ਦਿਓ। ਉਹ ਕਹਿੰਦਾ ਅਸਲ 'ਚ ਮਾਨ ਸਾਹਿਬ ਗੱਲ ਇਹ ਹੈ ਵੀ ਕਹਿਣ ਨੂੰ ਤਾਂ ਇਹ ਸਿਕਿਉਰਿਟੀ ਰੀਜ਼ਨ ਹੈ ਪਰ ਅੰਦਰਲੀ ਗੱਲ ਕੋਈ ਹੋਰ ਹੈ, ਸਿਕਿਉਰਿਟੀ ਦਾ ਐਡਾ ਚੱਕਰ ਨਹੀਂ। ਮੈਂ ਕਿਹਾ ਜੀ ਮੈਨੂੰ ਅੰਦਰਲੀਆਂ ਦੱਸੋ, ਮੈਨੂੰ ਤਾਂ ਅੰਦਰਲੀਆਂ ਦੱਸਣ ਦੀ ਆਦਤ ਪਈ ਹੋਈ ਹੈ, ਪਿਛਲੀਆਂ 16 ਸਾਲਾਂ ਤੋਂ ਕੈਸਟਾਂ ਸੀਡੇ 'ਚ ਅੰਦਰਲੀਆਂ ਦੱਸੀਆਂ ਮੈਂ ਤਾਂ, ਮੈਨੂੰ ਅੰਦਰਲੀ ਦੱਸੋ। ਕਹਿੰਦਾ ਅੰਦਰਲੀ ਇਹ ਹੈ ਕਿ ਇੰਨਾ ਅੱਕ ਗਏ ਲੋਕ ਲੀਡਰਾਂ ਦੀਆਂ ਕਰਤੂਤਾਂ ਤੋਂ, ਇੰਨਾ ਦੁਖੀ ਹੋ ਗਏ ਕਿ ਹੁਣ ਸਟੇਜ 'ਤੇ ਬੈਠੇ ਲੀਡਰਾਂ ਦੇ ਆਪਦੇ ਪੈਰਾਂ 'ਚੋਂ ਲਾ ਕੇ ਜੁੱਤੀਆਂ ਮਾਰਨ ਲੱਗ ਗਏ। ਅਸੀਂ ਕੀ ਕਰਦੇ ਹਾਂ ਜਲਸੇ ਤੋਂ ਇੱਕ ਰਾਤ ਪਹਿਲਾਂ ਖਾਲੀ ਸਟੇਜ ਵੱਲ ਜੁੱਤੀ ਸਿੱਟ ਕੇ ਦੇਖ ਲੈਂਦੇ ਹਾਂ, ਜਿੱਥੋਂ ਜੋ ਨਹੀਂ ਪਹੁੰਚਦੀ ਉੱਥੇ ਤੱਕ ਲਾ ਦਿੰਦੇ ਹਾਂ, ਆਪਦੀ ਜਾਨ ਛਡਾਓ।